ਐਕਚੁਅਲੀ ਸਾਨੂੰ 16 ਨਹੀਂ 17 ਨੂੰ ਇਨਫੋਰਮੇਸ਼ਨ ਮਿਲੀ ਸੋਚ ਵੀ ਇੱਦਾਂ ਇੱਦਾਂ ਕੋਈ ਕਤਲ ਲਾਸ਼ ਪਈ ਹੈ ਉੱਥੇ, ਕਤਲ ਲੱਗਦਾ ਇਹਦੇ ਮਰਨ ਵਾਲਾ ਜਿਹੜਾ ਚਾਂਦ ਕੁਮਾਰ ਸੀ ਉਹਦੇ ਭਰਾ ਗੁੱਡੂ ਨੇ ਆ ਕੇ ਸਾਨੂੰ ਇਤਲਾਹ ਦਿੱਤੀ ਅਤੇ ਗੁੱਡੂ ਨੂੰ ਇਤਲਾਹ ਦਿੱਤੀ ਜਿੱਥੇ ਚਾਂਦ ਈ ਐੱਨ ਸੀ ਸੀ ਸੋਰੀ CNN ਨਾਂ ਦੀ ਇੱਕ ਕੰਪਨੀ ਅੰਡਿਆਂ ਦੀ ਹੈਗੀ ਹੈ, ਟ੍ਰੇਡਰ ਦੁਕਾਨ ਹੈ, ਉੱਥੇ ਉਹ ਕੰਮ ਕਰਦਾ ਸੀਗਾ। ਉਹਨਾਂ ਦੇ ਜਿਹੜੇ ਮੈਨੇਜਰ ਅਨਿਲ ਨੂੰ ਕਿਸੇ ਨੇ ਦੱਸਿਆ ਅਤੇ ਉਹਨਾਂ ਨੇ ਗਾ ਇਹਨਾਂ ਨੂੰ ਦੱਸਿਆ, ਇਹਨਾਂ ਨੇ ਸਾਨੂੰ ਇਤਲਾਹ ਦਿੱਤੀ। ਜਿੱਥੇ ਮੌਕਾ 'ਤੇ ਗਏ ਅਤੇ ਉਹਦੀ ਲਾਸ਼ ਆਂਡਿਆਂ ਉਸੇ ਦੀ ਜਿਹੜੀ ਉਹ ਥ੍ਰੀ ਵੀਲਰ ਚਲਾਉਂਦਾ ਸੀ ਅਤੇ ਆਂਡੇ ਹੋਲਸੇਲ ਦੀ ਡਿਲੀਵਰੀ ਕਰਦਾ ਸੀ ਉਹਦੀ ਬੈਕ ਸਾਈਡ 'ਚ ਉੱਥੇ ਪਈ ਮਿਲੀ। ਅਤੇ ਮੌਕੇ 'ਤੇ ਹੀ ACP ਸਾਹਿਬ ਆ ਗਏ, ACP ਈਸਟ ਸੁਧਾਕਰ ਦੇਵ ਸਿੰਘ, ਅਤੇ ਉਦੋਂ ਫਿਰ ਸ਼ੁਰੂ ਕੀਤੀ ਤਫਤੀਸ਼ ਮੁੱਢਲੀ ਤਫਤੀਸ਼ ਦੇ ਦੌਰਾਨ ਇਹਦੇ ਦੇਖਿਆ ਵੀ ਇਹਦੇ ਪੁਰਾਣੇ ਯਾਰ ਦੋਸਤ ਮਰਨ ਵਾਲੇ ਦੇ ਇਹ ਕੀ ਕੰਮ ਕਰਦਾ ਜਾਂ ਉੱਥੇ ਪੁਰਾਣੇ ਜਿਹੜੇ ਹੋਰ ਕੋਈ ਲੱਗੇ ਸੀਗੇ। ਤਾਂ ਜਦੋਂ ਲਿਸਟ ਬਣਾਈ ਤਾਂ ਇੱਕ ਨਾਂ ਆਇਆ ਸਾਹਮਣੇ, ਉਹਦਾ ਪਤਾ ਕੀਤਾ ਅਤੇ ਉਹ ਬੰਦਾ ਜਿਹੜਾ ਵੀ ਉਹ ਹੈ ਵੀ ਡਿਫਾਲਟਰ ਆ। ਫਿਰ ਅਸੀਂ ਉਹਦੇ 'ਤੇ ਫੋਕਸ ਕਰਨਾ ਸ਼ੁਰੂ ਕਰਤਾ। ਉਹਦਾ ਨਾਂ ਸੀ ਗੁਰਦਿੱਤ ਸਿੰਘ ਗੀਤਾ। ਪਹਿਲੇ 17 ਨੂੰ ਹੀ ਫਿਰ ਅਸੀਂ ਉਹਦੀ ਕਾਲ ਡਿਟੇਲ CCTV ਫੁਟੇਜ ਦੇਖਣੀ ਸ਼ੁਰੂ ਕਰਤੀ। CCTV ਫੁਟੇਜ ਦੇ ਵਿੱਚ ਉਹਦੀ ਲਾਸਟ ਗੁੱਡੂ ਨਾਲ ਫੋਟੋ ਆ ਗਈ। ਇਨ ਬਿਟਵੀਨ ਹੀ ਜਿੱਥੇ ਇਹਨੇ ਲਾਸਟ ਡਿਲੀਵਰੀ ਦਿੱਤੀ ਸੀ ਬਾਲ ਸਿੰਘ ਨਗਰ ਸੁਭਾਸ਼ ਨਗਰ ਦੀ ਬੈਕ ਸਾਈਡ 'ਤੇ, ਉੱਥੇ ਉਹ ਮੁੰਡਾ ਕਹਿੰਦਾ ਜੀ ਉਹਨੂੰ ਇੱਕ ਕਾਲ ਵੀ ਆਈ ਸੀ, ਉਹ ਕਹਿੰਦਾ ਸੀ ਮੈਂ 10 ਮਿੰਟ 'ਚ ਆ ਰਿਹਾ। ਉਹ ਕਾਲ ਡਿਟੇਲ ਕਢਾ ਲਈਆਂ, ਉਹ ਸਾਰੇ ਕੈਸੇ ਤੋਂ ਕਲੀਅਰ ਹੋ ਗਿਆ ਵੀ ਲਾਸਟ ਵਾਰੀ ਇਹੀ ਬੰਦਾ ਗੁਰਦਿੱਤ ਸਿੰਘ ਗੀਤਾ ਸਨ ਆਫ ਕੁਲਵੰਤ ਸਿੰਘ ਇਹ ਉਹਦੇ ਨਾਲ ਸੀ। ਇਹਦੇ ਪਿੱਛੇ ਕਾਰਨ ਕੀ ਸੀ, ਉਹਦਾ ਮਰਡਰ ਕਰਨ ਦੇ ਪਿੱਛੇ ਕਾਰਨ ਕੀ ਰਿਹਾ ਕੀ ਜਾਣਕਾਰੀ? ਇਹਦੇ ਇੱਕ ਤਾਂ ਇਹ ਚਿੱਟਾ ਪੀਂਦਾ ਅਤੇ ਪੈਸੇ ਦੀ ਲੋੜ ਸੀ, ਇਹਨੂੰ ਇਹਦੇ ਘਰਦਿਆਂ ਨੇ ਬੇਦਖਲ ਕੀਤਾ। 10 ਕੁ ਦਿਨ ਪਹਿਲਾਂ ਇਹਦੇ ਬੇਟਾ ਹੋਇਆ, ਉੱਥੇ ਵੀ ਪੈਸੇ ਪੂਸੇ ਲੱਗ ਗਏ, ਪੈਸੇ ਤੋਂ ਟੁੱਟ ਗਿਆ ਸੀ ਇਹ, ਕਿਉਂਕਿ ਉੱਥੇ ਖੁਦ ਲੱਗਾ ਰਿਹਾ ਅਤੇ ਇਹਨੂੰ ਪਤਾ ਸੀ ਵੀ ਜਿਹੜੀ ਡਿਲੀਵਰੀ ਹੈ ਕਰਕੇ ਜਦੋਂ ਵਾਪਸੀ 'ਤੇ ਆਉਂਦੇ ਆ ਆਂਡੇ ਡਿਲੀਵਰ ਕਰਨ ਵਾਲੇ, ਇਹ 3 ਇਹਨਾਂ ਦੇ 3-ਵੀਲਰ ਚੱਲਦੇ ਆ ਅਤੇ ਉਹਨਾਂ ਕੋਲ 35 ਤੋਂ 50 ਹਜ਼ਾਰ ਰੁਪਈਆ ਹੁੰਦਾ। ਜਿਹੜਾ ਚਾਂਦ ਕੁਮਾਰ ਹੈ ਉਹ ਵੀ ਕਿਤੇ ਕਿਤੇ ਚਿੱਟਾ ਲਾ ਲੈਂਦਾ ਸੀਗਾ, ਇਹਨੇ ਉਹਨੂੰ ਚਿੱਟੇ ਦਾ ਲਾਲਚ ਦਿੱਤਾ। ਬਸ ਉਹ ਲਾਲਚ 'ਚ ਡਿਲੀਵਰੀ ਦੇਣ ਤੋਂ ਪਹਿਲਾਂ ਹੀ ਉਹਨੂੰ ਘੇਰ ਕੇ ਲੈ ਆਇਆ ਸੰਧੂ ਕਲੋਨੀ ਕੂੜਾ ਡੰਪ ਦੇ ਅੱਗੇ, ਸੰਧੂ ਕਲੋਨੀ ਦੇ ਸਾਹਮਣੇ ਜਿਹੜਾ ਖਾਲੀ ਥਾਂ ਸੀ। ਕਿੰਨੇ ਪੈਸੇ ਇਹਨੇ ਲੁੱਟੇ ਸੀ ਉਹਦੇ ਕੋਲੋਂ ਮਰਡਰ ਕਰਨ ਤੋਂ ਬਾਅਦ? 34-35 ਹਜ਼ਾਰ ਦੇ ਵਿੱਚ, 34-35 ਹਜ਼ਾਰ ਰੁਪਈਆ ਸੀ ਬਰਾਮਦੀ ਹੋ ਗਈ ਜੀ ਪੈਸੇ ਦੀ। ਕਿਉਂਕਿ ਇਕੱਠੇ ਇੱਥੇ ਕੰਮ ਕਰਦੇ ਰਹੇ ਪਹਿਲਾਂ, ਤਾਂ ਹੀ ਉਹ ਇਹਦੇ ਆ ਗਿਆ ਨਾ ਪੇਚਲ 'ਚ ਜਦੋਂ ਇਹਨੇ ਕਿਹਾ ਵੀ ਚਲਾ ਚਿੱਟਾ ਲਾਉਂਦੇ ਆ, ਉਹ ਇੱਥੇ ਯਕੀਨ ਕਰ ਗਿਆ। ਨਹੀਂ ਹਜੇ ਤਫਤੀਸ਼ 'ਚ ਇਹੋ ਜਿਹੀ ਇਹਦੀ ਕੋਈ ਕਿਤੇ 'ਤੇ ਪਰਚਾ ਦਰਜ ਹੈ ਕੋਈ ਇਹੋ ਜਿਹਾ ਪਾਇਆ ਨਹੀਂ ਗਿਆ। ਗੁਰਦਿੱਤ ਸਿੰਘ ਪੈਸੇ ਦਾ ਕਰਨਾ ਕੀ ਸੀ? ਪੈਸੇ ਸਰ ਵੈਸੇ ਘਰੇ ਵੀ ਰੋਲ ਦੇ ਨਾਲ ਜਵਾਕ ਹੋਇਆ ਸੀ।